शिवसेना पंजाब दे जिला प्रधान अभिषेक जोशी दी अगवाई हेठ गांधी पार्क विच स्वर्गीय श्रीमती इंदिरा गांधी जी नूं श्रद्धांजलि दित्ती गई। इस मौके ते शिवसेना पंजाब दे समुचे लीडर मौजूद सन। इस मौके ते शिवसेना पंजाब दे जिला प्रधान अभिषेक जोशी ने कहा कि खालिस्तान नूं शह देण वालियां ते सख्त तो सख्त कार्रवाई करनी चाहीदी है। उन्होंने नौजवानों नूं अपील की कि आपसी प्रेम प्यार बनाए रखन अते बाहर बैठे खालिस्तानियां दीआं गल्लां विच ना आउण अते आपसी प्रेम प्यार बनाए रखन अते अभिषेक जोशी लोकां दी सेवा विच हमेशा हाजिर हन। तरन तारण तो आकाश जोशी की विशेष रिपोर्ट। ਵੱਲੋਂ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਜੋਸ਼ੀ ਦੀ ਅਗਵਾਈ ਹੇਠ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਆ ਸ਼੍ਰੀਮਤੀ ਇੰਦਰਾ ਗਾਂਧੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਵਾ ਅਤੇ ਬਾਕੀ ਔਰਤਾਂ ਨੂੰ ਮੈਂ ਕਹਿੰਦਾ ਕਿ ਇਹ ਜਿਹੜੇ ਹੈਗੇ ਸੀਗੇ ਲੋਕਾਂ ਲਈ ਪ੍ਰੇਰਨਾ ਸਰੋਤ ਵਾ ਕਿ ਇੱਕ ਇੰਦਰਾ ਗਾਂਧੀ ਨੇ ਅੱਤਵਾਦ ਦਾ ਸਫਾਇਆ ਕਰਨ 'ਚ ਅਹਿਮ ਭੂਮਿਕਾ ਨਿਭਾਈ ਆ ਅਤੇ ਹਿੰਦੂ ਸਮਾਜ ਦੀ ਰੱਖਿਆ ਕੀਤੀ ਆ। ਬਾਕੀ ਇੰਦਰਾ ਗਾਂਧੀ ਨੇ ਦੇਸ਼ ਹਿੱਤ ਲਈ ਫੈਸਲੇ ਕੀਤੇ ਉਹਦਾ ਅਸੀਂ ਸਵਾਗਤ ਕਰਦੇ ਹਾਂ। ਇੰਦਰਾ ਗਾਂਧੀ ਨੂੰ ਅਸੀਂ ਨਮਨ ਕਰਦੇ ਸ਼ਰਧਾਂਜਲੀ ਭੇਂਟ ਕਰਦੇ ਹਾਂ ਅਤੇ ਅੱਗੇ ਵੀ ਜਿਹੜਾ ਵੀ ਪ੍ਰੋਗਰਾਮ ਹੋਏਗਾ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਰਹਾਂਗੇ ਪੂਰੀ ਤਰ੍ਹਾਂ। ਬਾਕੀ ਸਾਰਿਆਂ ਨੂੰ ਕਹਿੰਦਾ ਕਿ ਆਪਾਂ ਨੂੰ ਅੱਗੇ ਆ ਗਏ ਜਿਹੜੇ ਆਪਣੇ ਦੇਸ਼ ਲਈ ਸ਼ਹੀਦ ਹੋਏ ਆ ਆਪਾਂ ਨੂੰ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨੀ ਚਾਹੀਦੀ ਆ ਕਿਉਂਕਿ ਇਹ ਦੇਸ਼ ਲਈ ਜੋ ਬੰਦਾ ਕੰਮ ਕਰਦਾ ਵਾ ਆਪਾਂ ਨੂੰ ਗਾਂਹ ਹੋ ਕੇ ਉਹਨੂੰ ਯਾਦ ਕਰਨਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਸ਼ਹੀਦਾਂ ਨੂੰ ਭੁਲਾ ਦਿੰਦਾ ਵਾ ਉਹ ਕੌਮ ਕਦੀ ਤਰੱਕੀ ਨਹੀਂ ਕਰਦੀ। ਸਾਰੀਆਂ ਕੌਮਾਂ ਹਮੇਸ਼ਾ ਉਹੀ ਜ਼ਿੰਦਾ ਰਹਿੰਦੀਆਂ ਵਾ ਜਿਹੜੀ ਕੌਮ ਦੇ ਸ਼ਹੀਦ ਦਿੰਦੇ ਆ। ਬਾਕੀ ਮੈਂ ਖਾਲਿਸਤਾਨੀ ਅੱਤਵਾਦੀਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ। ਜਿਹੜਾ ਬਾਹਰ ਗੁਰਵੰਤ ਪੰਥ ਸਿੰਘ ਪੰਨੂ ਬੈਠਾ ਵਾ ਉਹ ਨੌਜਵਾਨਾਂ ਨੂੰ ਕਹਿ ਰਿਹਾ ਕਿ 31 ਅਕਤੂਬਰ ਵਾਲੇ ਦਿਨ ਤੁਸੀਂ ਖਾਲਿਸਤਾਨ ਦਾ ਝੰਡਾ ਲਹਿਰਾਓ, ਮੈਂ ਤੁਹਾਨੂੰ ਮੋਬਾਈਲ ਫੋਨ ਭੇਜੂੰਗਾ। ਉਹਨੂੰ ਮੈਂ ਕਹਿਣਾ ਚਾਹੁੰਦਾ ਵਾਂ ਕਿ ਨੌਜਵਾਨ ਤੇਰੀਆਂ ਚਾਲਾਂ 'ਚ ਨਹੀਂ ਆਉਣ ਵਾਲੇ ਕਿਉਂਕਿ ਨੌਜਵਾਨ ਬਿਲਕੁਲ ਨਹੀਂ ਗੁੰਮਰਾਹ ਹੋ ਚੁੱਕੇ। ਪੰਜਾਬ ਦਾ ਨੌਜਵਾਨ ਸਿਆਣਾ ਹੋ ਚੁੱਕਾ ਵਾ, ਸਮਝਦਾਰ ਹੋ ਚੁੱਕਾ ਵਾ। ਬਾਕੀ ਜਿਹੜੇ ਖਾਲਿਸਤਾਨੀ ਸਮਰਥਕ ਵਾ ਉਹਨਾਂ ਨੂੰ ਵੀ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਆਪਣੀ ਹਰਕਤਾਂ ਤੋਂ ਬਾਜ਼ ਆ ਜਾਣ। ਦੇਸ਼ ਹਿੱਤ ਲਈ ਕੰਮ ਕਰਨ ਵਾਲਿਆਂ ਨੂੰ ਅਸੀਂ ਅੱਗੇ ਹੋ ਕੇ ਸਨਮਾਨਿਤ ਕਰਾਂਗੇ। ਗੁਰਵੰਤ ਪੰਥ ਸਿੰਘ ਪੰਨੂ ਜਿਹੜਾ ISI ਦਾ ਏਜੰਟ ਵਾ, ਕੁੱਤਾ ਵਾ, ਉਹਨੂੰ ਚੇਤਾਵਨੀ ਦੇਣਾ ਚਾਹੁੰਦੇ ਕਿ ਨੌਜਵਾਨਾਂ ਨੂੰ ਪੁੱਠੇ ਰਾਹ ਨਾ ਪਾ ਕਿਉਂਕਿ ਉਹ ਵਿਦੇਸ਼ 'ਚ ਬੈਠਾ ਵਾ। ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇੱਥੇ ਮੋਬਾਈਲ ਦੇਵਾਂਗਾ, ਮੈਂ ਫੰਡਿੰਗ ਕਰਾਂਗਾ, ਖਾਲਿਸਤਾਨ ਦਾ ਝੰਡਾ ਲਹਿਰਾਓ। ਕਿਉਂਕਿ ਇਸ ਬੰਦੇ ਨੇ ਕਈ ਮੁੰਡੇ ਨੌਜਵਾਨਾਂ ਜੇਲ੍ਹਾਂ ਚਲ ਗਏ ਆ, ਉਹਨਾਂ ਦੇ ਮਾਂ ਪਿਓ ਪਿੱਛੋਂ ਰੋ ਰਹੇ ਆ, ਪਰ ਇਹ ਕੋਈ ਸੁੱਧ ਨਹੀਂ ਲੈਣਾ। ਮੈਂ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਕੋਈ ਇਹਨਾਂ ਦੀਆਂ ਚਾਲਾਂ ਨਾ ਆਵੇ, ਦੇਸ਼ ਹਿੱਤ ਲਈ ਕੰਮ ਕਰੋ, ਅੱਗੇ ਹੋ ਕੇ ਆਪਾਂ ਸਾਥ ਦੇਣਾ ਸਰਕਾਰ ਦਾ ਜਿਹੜੀ ਵੀ ਚੰਗਾ ਕੰਮ ਕਰਦੀ ਆ। ਬਾਕੀ ਪ੍ਰਸ਼ਾਸਨ ਨੇ ਅੱਜ ਬਹੁਤ ਵਧੀਆ ਸਾਨੂੰ ਕੋਆਪਰੇਟ ਕੀਤਾ, ਇੱਥੇ ਪੁਲਿਸ ਪ੍ਰਸ਼ਾਸਨ, ਬਾਕੀ ਜਿੰਨੇ ਪੁਲਿਸ ਅਧਿਕਾਰੀ ਆਏ ਆ, ਜਿੰਨੇ ਮਾਨ ਸਨਮਾਨ ਸ਼ਖਸੀਅਤਾਂ ਆਈਆਂ ਵਾ, ਜਿੰਨੀ ਸਾਡੀ ਟੀਮ ਆਈ ਆ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ। ਬਾਕੀ ਨੌਜਵਾਨਾਂ ਨੂੰ ਇਹੋ ਅਪੀਲ ਆ ਕਿ ਕਿਸੇ ਖਾਲਿਸਤਾਨੀ ਸਮਰਥਕ ਦੀ ਗੱਲ ਚ ਨਾ ਆਉਣ, ਦੇਸ਼ ਹਿੱਤ ਲਈ ਅੱਗੇ ਹੋ ਕੇ ਕੰਮ ਕਰਨ। ਧੰਨਵਾਦ। ਸਿੱਖ ਜਥੇਬੰਦੀ ਨੇ ਕਿਹਾ ਸੀ ਵੀ ਜੇ ਸੰਘਰਸ਼ ਸਮਰ ਹੋ ਗਿਆ ਅਸੀਂ ਉਦੋਂ ਡਟ ਕੇ ਵਿਰੋਧ ਕਰਾਂਗੇ, ਤੁਹਾਨੂੰ ਲੱਗਦਾ ਨੀ ਵੀ ਇਹਨਾਂ ਸਥਿਤੀ ਆ ਤਣਾਅਪੂਰਨ ਸੀ ਜਾਂ ਮਾਹੌਲ ਖਰਾਬ ਹੋ ਸਕਦਾ? ਅਸੀਂ ਮਾਹੌਲ ਖਰਾਬ ਕਰਨ ਦੇ ਬਿਲਕੁਲ ਹੱਕ 'ਚ ਨਹੀਂ ਹੈਗੇ, ਇਸੇ ਲਈ ਅਸੀਂ ਮੰਨਦੇ ਹੋਏ ਸ਼ਾਂਤਪੂਰਵਕ ਇੱਕ ਪ੍ਰੋਗਰਾਮ ਕਰਵਾਇਆ ਵਾ ਜਿਹਦੇ ਵਿੱਚ ਅਸੀਂ ਇੰਦਰਾ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਆ। ਅਸੀਂ ਕਿਸੇ ਮਾਹੌਲ ਖਰਾਬ ਕਰਨ ਦੇ ਹੱਕ 'ਚ ਨਹੀਂ ਹੈਗੇ। ਸ਼ਿਵ ਸੈਨਾ ਪੰਜਾਬ ਹਮੇਸ਼ਾ ਹੀ ਇੱਕ ਚੰਗਾ ਮਾਹੌਲ, ਅਮਨ ਸ਼ਾਂਤੀ ਰੱਖਣ ਲਈ ਕੰਮ ਕਰਦੀ ਆਈ ਆ। ਅਸੀਂ ਅੱਗੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵਾਂਗੇ, ਪਰ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹਨੂੰ ਹਰ ਤਰ੍ਹਾਂ ਬਰਕਰਾਰ ਰੱਖਿਆ ਜਾਏਗਾ। ਅਸੀਂ ਮਾਹੌਲ ਖਰਾਬ ਕਰਨ ਦੇ ਹੱਕ 'ਚ ਬਿਲਕੁਲ ਨਹੀਂ ਹੈਗੇ।